ਬੀਤੀ ਰਾਤ ਕੁਲਬੀਰ ਸਿੰਘ ਕੰਗ ਨਾਮ ਦੇ ਵਿਅਕਤੀ ਨੇ ਆਪਣੇ ਆਪ ਨੂੰ ਆਪਣੇ ਲਾਇਸੈਂਸੀ ਰਿਵੋਲਵਰ ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਅਤੇ ਕੁਲਬੀਰ ਸਿੰਘ ਇੱਕ ਪਿੰਡ ਦੇ ਸਰਕਾਰੀ ਸਕੂਲ ਵਿੱਚ ਬਤੌਰ ਪ੍ਰਿੰਸੀਪਲ ਸੀ ਅਤੇ ਸਕੂਲ ਦੇ ਵਿੱਚ ਦੋ ਔਰਤਾਂ ਦੇ ਨਾਲ ਆਪਸੀ ਡਿਸਟ੍ਰੀਬਿਊਟ ਨੂੰ ਲੈ ਕੇ ਉਸਨੇ ਆਤਮ ਹੱਤਿਆ ਕਰ ਲਈ। ਇਹ ਕੁਲਬੀਰ ਸਿੰਘ ਸੀ, ਗ੍ਰੀਨ ਐਵਨਿਊ ਰਹਿੰਦੇ ਸੀ ਦਾਦ ਪਿੰਡ ਦੇ ਵਿੱਚ। ਅੱਜ ਸਵੇਰੇ 4:30 ਵਜੇ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀਗੀ ਵੀ ਜਿਹੜੀ ਇੱਕ ਗੱਡੀ ਹੈਗੀ ਹੈ B7 ਚੌਂਕ ਪਖਵਾ ਰੋਡ ਦੇ ਉੱਤੇ I-20 ਖੜੀ ਹੈਗੀ ਹੈ, ਵਾਈਟ ਕਲਰ ਦੀ, ਜਿਸ ਨੂੰ ਅਸੀਂ ਜਾ ਕੇ ਉੱਥੇ ਚੈੱਕ ਕੀਤਾ ਗਿਆ ਅਤੇ ਉਹ ਗੱਡੀ ਸਟਾਰਟ ਸੀ, ਲਾਈਟਾਂ ਜਗ ਰਹੀਆਂ ਸੀ ਉਹਦੀਆਂ, ਅਤੇ ਡਰਾਈਵਰ ਸੀਟ ਦੇ ਉੱਤੇ ਇੱਕ ਬੰਦਾ ਬੈਠਾ ਹੋਇਆ ਸੀਗਾ ਅਤੇ ਜਿਹਨੇ ਆਪਣੇ ਆਪ ਨੂੰ ਜਿਹੜੇ ਹੈਗੀ ਆ ਗੋਲੀ ਮਾਰ ਕੇ 32 ਰਿਵਾਲਵਰ ਦੀ ਸੁਸਾਈਡ ਕਰ ਲਿਆ ਸੀਗਾ। ਅਤੇ ਮੌਕੇ 'ਤੇ ਜਾ ਕੇ ਇਹਦੀ ਡੈੱਡ ਬੋਡੀ ਨੂੰ ਅਸੀਂ ਸਿਵਲ ਹੋਸਪਿਟਲ ਭੇਜਿਆ ਗਿਆ ਹੈਗਾ ਸਾਰਾ ਵੈਰੀਫਾਈ ਕਰਕੇ, ਅਤੇ ਇਹ ਜਿਹੜਾ ਹੈਗਾ ਇਸ 'ਤੇ ਸੰਬੰਧ ਵਿੱਚ ਮੁਕੱਦਮਾ ਨੰਬਰ 107 30/7/2019 306 IPC ਦਰਜ ਕੀਤਾ ਗਿਆ। ਬਾਕੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਜਾਰੀ ਹੈਗੀ ਆ, ਫਰਦਰ ਕਾਰਵਾਈ ਜਿਹੜੀ ਹੈਗੀ ਆ ਡਿਊਰਿੰਗ ਇਨਵੈਸਟੀਗੇਸ਼ਨ ਲੈਂਦੀ ਜਾਏਗੀ। ਅਤੇ ਜਿਹੜੀ ਇਹ ਰਿਵੋਲਵਰ ਇਹਦਾ ਆਪਦਾ ਖੁਦ ਦਾ ਲਾਇਸੈਂਸੀ ਆ। ਇਹ ਬੜੁੰਦੀ ਪਿੰਡ ਦੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਪ੍ਰਿੰਸੀਪਲ ਲੱਗਾ ਹੋਇਆ ਸੀ ਜਿਹਨੇ ਸੁਸਾਈਡ ਕੀਤੀ ਹੈ। ਇਹਦਾ ਡਿਸਪਿਊਟ ਸਕੂਲ ਦੇ ਹੀ ਕੁਛ ਮੈਂਬਰਾਂ ਦੇ ਨਾਲ ਸੀਗਾ, ਜਿਹੜਾ ਦੋ ਲੇਡੀਜ਼ ਸਟਾਫ ਦੇ ਸੀ, ਇੱਕ ਜੈਂਟਸ ਕੁਲਵਿੰਦਰ ਸਿੰਘ ਨਾਂ ਦਾ ਸੀ, ਜਿਸ ਨਾਲ ਕੋਈ ਇਹਨਾਂ ਦਾ ਚੱਲ ਰਿਹਾ ਸੀ ਆਪਸ ਵਿੱਚ ਦੀ, ਜਿਸ ਕਾਰਨ ਹੀ ਇਹਨਾਂ ਨੇ ਇਹ ਦਿਨ ਸੁਸਾਈਡ ਕੀਤੀ ਹੈ। ਕੈਮਰਾਮੈਨ ਟਿੰਕੂ ਦੇ ਨਾਲ ਬਿਊਰੋ ਰਿਪੋਰਟ, KTT ਨਿਊਜ਼, ਲੁਧਿਆਣਾ। ਟੀਚਰ ਲੱਗੇ ਹੋਏ ਨੇ, ਬੇਟਾ ਹੈਗਾ ਇਹਨਾਂ ਦਾ ਨੀਅਰ 20 ਈਅਰ ਦਾ, ਇੱਕ ਇਹਨਾਂ ਦੇ ਫਾਦਰ ਘਰ ਦੇ ਵਿੱਚ।